ਜੀਵਨਯੋ ਵਾਹਦ ਫਸਲ ਜਿਹੜੀ ਹੈ ਕਿ ਇੱਕ ਏਕੜ ਚੋਤੇ 3 ਕਰੋੜ ਰੁਪਇਆ ਪਾਕਿਸਤਾਨ ਦੇ ਵਿੱਚ ਕਿਸਾਨ ਨੂੰ ਮਿਲਿਆ ਆਮ ਏਕੜ ਜਿਹੜਾ ਪਾਕਿਸਤਾਨ ਦੇ ਵਿੱਚ ਉਹਦੀ 30 ਤੋਂ 40 ਲੱਖ ਰੁਪਇਆ ਕੀਮਤ ਔਰ ਉਹ ਫਸਲ ਉਹਦੇ ਚ ਜੀਵਨ ਅਗਰ ਤੁਸੀਂ ਲਾਇਆ ਤੇ ਉਹ ਤੁਹਾਡਾ 2 ਤੋਂ 3 ਕਰੋੜ ਰੁਪਇਆ ਦਾ ਜਦੋਂ ਮੰਡੀਆਂ ਚ ਆਏਗਾ ਉਦੋਂ ਵੀ 15-20 ਲੱਖ ਦਾ ਕਿੱਲਾ ਹੈਗਾ ਇਹਹੀ ਫਸਲ ਹੈ ਆਉਣ ਵਾਲੇ 5 ਸਾਲ 2027-28 ਤੱਕ ਤੁਸੀਂ ਕਰੋੜਾਂ ਰੁਪਇਆ ਆਪਣਾ ਬਣਾ ਸਕਦੇ ਹੋ ਜੀਵਨ ਦੇ ਵਿੱਚ ਲੋਕਾਂ ਨਾਲ ਫਰਾਡ ਕੀਤਾ ਜਾ ਰਿਹਾ ਹੈ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਬੀਜ ਲਾਂਦਾ ਉਹਨੂੰ ਬੀਜ ਦਿੰਦੇ ਨੇ ਸਸਤਾ ਉਹਨੂੰ 20 3 ਲੱਖ ਜਾਂ 50 ਲੱਖ ਮੁਨਾਫਾ ਦਿੰਦੇ ਨੇ ਉਹ ਫਿਰ ਸਾਰਾ ਮਾਫੀਆ ਕਰੋੜਾਂ ਰੁਪਿਆ ਕਮਾਉਂਦੇ ਆਪਣੇ ਵੇਖਣ ਸੁਣਨ ਵਾਲੇ तमाम ਭਰਾਵਾਂ ਨੂੰ ਅਦਰ ਰਹਿਮਤ ਅਲੋ ਅਸਲਾਮ ਵਾਲੇਕਮ ਦੋਸਤੋ ਬੜੀ ਅਹਿਮ ਵੀਡੀਓ ਹੈ ਕਿ ਇੱਕ ਭਾਈ ਨੇ ਕਮੈਂਡ ਕੀਤਾ ਉਹਨੇ ਕਿਹਾ ਕਿ ਯਾਰ ਇਹ ਥੋਮ ਪਤਾ ਕਿਸ ਤਰ੍ਹਾਂ ਵਿਕਦਾ ਕਿਸ ਤਰ੍ਹਾਂ ਜੀਵਨ ਦੇ ਵਿੱਚ ਲੋਕਾਂ ਨਾਲ ਫਰਾਡ ਕੀਤਾ ਜਾ ਰਿਹਾ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਬੀਜ ਲਾਂਦਾ ਉਹਨੂੰ ਬੀਜ ਦਿੰਦੇ ਨੇ ਸਸਤਾ ਤੇ ਉਹ ਫਿਰ ਅੱਗੋਂ ਉਹਨੂੰ ਕੋਈ 40-50 ਲੱਖ ਦੀ ਇਨਵੈਸਟਮੈਂਟ ਕਰਾ ਕੇ ਤੇ ਉਹਨੂੰ 20-30 ਲੱਖ ਜਾਂ 50 ਲੱਖ ਮੁਨਾਫਾ ਦਿੰਦੇ ਨੇ ਠੀਕ ਹੈ ਉਹ ਫਿਰ ਸਾਰੇ ਪਿੰਡ ਚ ਦਵਾਈ ਪੈ ਜਾਂਦੀ ਹੈ ਤੇ ਉਹ ਫਿਰ ਸਾਰਾ ਪਿੰਡ ਇਹਨਾਂ ਕੋ ਪੈਸੇ ਲੈ ਕੇ ਆਉਂਦਾ ਤੇ ਇਹ ਇਨਵੈਸਟਮੈਂਟ ਕਰਕੇ ਉਹ ਬਾਂਦਰ ਕਿਲੇ ਵਾਲਾ ਸਾਹਬ ਹੁੰਦਾ ਤੇ ਉਹ ਇੱਕ ਨੂੰ ਪੈਸੇ ਵਹਾਇਆ ਤੇ ਫਿਰ ਸਾਰਾ ਪਿੰਡ ਡਬਲ ਸ਼ਾਂਗਰਾ ਪੈਸੇ ਲੈ ਕੇ ਆਉਂਦਾ ਤੇ ਉਹ ਫਿਰ ਉਹਨੂੰ ਬੀਜ ਦਿੰਦੇ ਨੇ ਤੇ ਉਹ ਫਿਰ ਉਹ ਜਿਹੜਾ ਬੀਜ ਦੇਣ ਵਾਲਾ ਉਹ ਫਿਰ ਸਾਰਾ ਮਾਫੀਆ ਕਰੋੜਾ ਰੁਪਿਆ ਕਮਾਉਂਦਾ ਉਹ ਜਾਹਲ ਦੇ ਪੁੱਤਰ ਕੋ ਮੇਰਾ ਇਹ ਸਵਾਲ ਹੈ ਕਿ ਜਿਨਨੇ ਪਹਿਲੇ ਦੇ ਦਿੱਤਾ ਵੀ ਔਰ ਅੱਗੋਂ ਨੇ ਸਾਰੇ ਪਿੰਡ ਨੂੰ ਦੇਣਾ ਉਹਨੇ ਬੀ ਤੁਹਾਡੇ ਘਰੋਂ ਲੈ ਕੇ ਉਹਨਾਂ ਸਾਰਿਆਂ ਨੂੰ ਦੇਣਾ ਜਾਂ ਕਿੱਥੋਂ ਉਹਨੇ ਬੀ ਉਹ ਤੋਂ ਲੈ ਕੇ ਦੇਣਾ ਜਾਂ ਤੁਸੀਂ ਇਹਨੂੰ ਘਰ ਤਿਆਰ ਕੀਤਾ ਹੈ ਜੀਵਨ ਨੂੰ ਕਿ ਐਡਾ ਵਾਫਰ ਪਿਆ ਹੈ ਕਿ ਉਹਨੇ ਉੱਥੋਂ ਤੁਹਾਡੇ ਕੋ 70 ਰੁਪਏ ਕਿਲੋ ਲੈ ਕੇ ਤੇ ਅੱਗੇ ਇਹਨੂੰ 16000 ਰੁਪਏ ਕਿਲੋ ਜਾਂ ਫਰੈਸ਼ 3 ਤੋਂ 4000 ਰੁਪਏ ਕਿਲੋ ਲੈ ਕੇ ਦੇਣਾ ਮੇਰਾ ਭਰਾ ਤੂੰ ਮੈਨੂੰ ਦੱਸਾਂ ਹੇ ਕਿੱਥੋਂ ਲੱਭਦਾ ਪਿਆ 500 ਜਾਂ 1000 ਰੁਪਏ ਕਿਲੋ ਜਾਂ 1500 ਮੈਂ ਜਾ ਕੇ ਲੈ ਲੈਣਾ ਮिन्नੂ ਮੇਰਾ ਭਰਾ ਜਿੱਥੋਂ ਅੱਛਾ ਜੀਵਨ অথੈਨਟਿਕ ਲੱਭਦਾ 1000 ਰੁਪਏ ਕਿਲੋ ਮिन्नੂ ਲੈ ਦੇ ਹਾਂ ਸਾਨੂੰ ਪਤਾ ਤੇ ਲੱਗੇ ਕਮ ਇਸ ਗਮ ਫਲਾਣੇ ਥਾਂੋਂ ਇਹ ਬੰਦੇ ਲੈ ਰਹੇ ਨੇ ਉਹਨਾਂ ਭਰਾਵਾਂ ਨੂੰ ਜਿਹੜਾ ਉਹਨਾਂ ਦਾ ਫਾਇਦਾ ਕਰ ਦੂ ਉਹਨਾਂ ਸਭ ਨੂੰ ਦੱਸ ਕੇ ਯਾਰਾ ਫਲਾਣੀ ਜਗ੍ਹਾ ਤੋਂ ਇਹ ਲਸਣ ਮਿਲਦਾ ਪਿਆ ਐਸ ਇਹ ਨੰਬਰ ਐ ਐਡਰੈਸ ਐ ਇੱਥੇ ਜਾਓ ਅਗਰ ਤੁਸੀਂ ਲਾਣਾ ਹੀ ਹੈ ਤੇ ਇੱਥੋਂ ਲਿਆ ਕੇ ਤੇ ਲਾ ਕੇ ਤੇ ਤੁਸੀਂ ਪੈਸੇ ਕਮਾਓ ਹੋਰਾਂ ਲੋਕਾਂ ਨੂੰ ਵੇਚ ਲੋ ਇੰਜ ਦੇ ਜਿਹੜੇ ਬੰਦੇ ਹੁੰਦੇ ਨੇ ਨਾ ਲੱਤਾਂ ਖਿੱਚਣ ਵਾਲੇ ਇਹ ਆਪਣੀਆਂ ਦੋਹਾਂ ਲੱਤਾਂ ਤੋਂ ਲੰਗੇ ਹੁੰਦੇ ਨੇ ਲੱਤਾਂ ਨਹੀਂ ਇਹਨਾਂ ਦੀਆਂ ਕੰਮ ਕਰਦੀਆਂ ਹੁੰਦੀਆਂ ਤੇ ਦੂਜੀਆਂ ਦੀਆਂ ਵੀ ਖਿੱਚਣ ਦੇ ਚੱਕਰਾਂ 'ਚ ਹੁੰਦੇ ਨੇ ਐਸਾ ਮੈਨਾਂ ਜਾਹ ਲਾਨਾ ਕਮੈਂਟ ਹੁੰਦਾ ਕਿ ਉਹਦੇ ਤੇ ਬੰਦਾ ਜਵਾਬ ਦਿੱਤੀਆਂ ਬਗੈਰ ਰਹਿ ਨਹੀਂ ਸਕਦਾ ਕਿ ਗੱਲ ਤੇ ਕੰਮ ਅਜ ਕਮ ਰਲਦੀ ਮਿਲਦੀ ਹੋਏ ਇਹ ਜੀਵਨ ਕੋ ਦੱਸਿਆ ਪਾਕਿਸਤਾਨ ਦੇ ਵਿੱਚ ਚੁਕੇ ਹੈ ਇੰਜ ਦਾ ਲਸਣ ਅੱਜ ਤੋਂ ਪਹਿਲਾਂ ਜੀਵਨ ਤੋਂ ਅਲਾਵਾ ਕਿਤੇ ਵੇਖਿਆ ਕਿਤੇ ਹੋਰ ਮੁਲਕਾਂ ਦੇ ਵਿੱਚ ਜਾਂ ਕਿਤੇ ਆਇਆ ਇਹ ਤੇ ਹੈ ਹੀ ਮੇਰੇ ਆ ਭਰਾਵਾ ਥੋੜਾ ਜਿਹਾ ਏ ਔਰ ਇਹ ਇੰਨਾ ਥੋੜਾ ਕਿ ਇਹ ਕਿਲੋ 16 ਤੋਂ 17000 ਰੁਪਏ ਕਿਲੋ ਵਿਕਿਆ 2022 ਦੇ ਐਂਡ ਤੇ ਅਕਤੂਬਰ ਤੇ ਜਾ ਕੇ 2023 ਚ ਇਹ ਹੀ ਥோம் ਵੀ 2000 ਤੋਂ ਵੀ ਉੱਤੇ ਟੁਰ ਜਾਣਾ ਤੇ ਕੋ ਮੇਰੇ ਭਰਾਵਾ ਯਾ ਲੱਤਾ ਨਹੀਂ ਸਹੀ ਤੇ ਯਾ ਪੈਸੇ ਕੋਈ ਨਹੀਂ ਥோம் ਲਾਂਦੇ ਤੇ ਤੂੰ ਇਨਾ ਜਿਹੜੇ ਮੈਂ ਸਮਝਦਾ ਕਿ ਆਮ ਕਿਸਾਨ ਨੇ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਆਪਣਾ ਟਾਈਮ ਭੰਨਣ ਵਾਸਤੇ ਨੱਕੇ ਬੰਨਣ ਦਾ ਤੈਨੂੰ ਨਹੀਂ ਪਤਾ ਜ਼ਮੀਨ ਦੇ ਮੁਤਾਬਕ ਮੈਂ ਕਹਿੰਦਾ ਕਿ ਤੈਨੂੰ ਕਿਹ ਕੱਖ ਕੁੰਡੀ ਦਾ ਨਹੀਂ ਪਤਾ ਤੇ ਕਮੈਂਟ ਦੇ ਵਿੱਚ ਤੂੰ ਆਸਾਨੀ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਸਕਣਾ ਥੋੜੀ ਜੀ ਐਕਸਪਲੇਨੇਸ਼ਨ ਦੇ ਕਿ ਭਾਈ ਫਲਾਣੇ ਥਾਂ ਤੋਂ ਨਾਰਕ ਜੀਵਾਂ ਲੱਭਦਾ ਪਿਆ ਉਥੇ ਜਾ ਕੇ 2-300 ਰੁਪਏ ਕਿਲੋ ਜਾਂ 100 ਰੁਪਏ ਕਿਲੋ ਜਾਂ 500 ਰੁਪਏ ਕਿਲੋ ਲੈ ਮੈਨੂੰ ਕਿਤੋਂ 1000 ਰੁਪਏ ਕਿਲੋ ਲੱਭਦੇ ਹਾਂ ਮੈਨੂੰ ਤੇ ਚਾਹੀਦਾ ਜਿੰਨੇ ਟਨ ਤੈਨੂੰ ਮਿਲਦਾ ਉਹਨੇ ਟਨਾਂ ਦੇ ਹਿਸਾਬ ਨਾਲ ਮੈਨੂੰ ਲੈ ਦੇ ਪਤਾ ਪੁੱਤਾ ਕੱਕ ਕੁੰਡੀ ਨਹੀਂ ਆਂਦੀਆਂ ਨੇ ਹੁੰਦਾ ਕਮੈਂਟ ਉਹ ਆਸਾਨੀ ਦੇ ਨਾਲ ਕਰ ਸਕਦੇ ਨੇ ਜ਼ਰਾਤ ਦੇ ਨਾਲ ਉਹਨਾਂ ਦਾ ਦੂਰ ਦੂਰ ਤੱਕ ਕੋਈ ਇੰਟਰਕਨੈਕਸ਼ਨ ਨਹੀਂ ਹੁੰਦਾ ਇੰਜ ਦੇਆਂ ਦੇ ਕਮੈਂਟ ਵੇਖ ਕੇ ਤੇ ਖੁਸ਼ ਹੋਇਆ ਕਰੋ ਇਹ ਯੋ ਲੋਕ ਨੇ ਕਿ ਜਿਹੜੇ ਜੀਵਾਂ ਨੂੰ ਪ੍ਰਵਾਨ ਜਾਂ ਚੜਾਉਂਦੇ ਨੇ ਮੇਰੇ ਵਰਗੇ ਆ ਕੇ ਫਿਰ ਵੀਡੀਓ ਬਣਾਉਂਦੇ ਨੇ ਲੋਕਾਂ ਨੇ ਉਂਝ ਦੇ ਕਮੈਂਟ ਨਹੀਂ ਵੇਖਿਆ ਹੁੰਦਾ ਲੇਕਿਨ ਫਿਰ ਉਹ ਕਮੈਂਟ ਵੇਖ ਕੇ ਨਾਲ ਫਿਰ ਜਿਹੜੀ ਤਸ਼ਰੀਹ ਹੁੰਦੇ ਨੇ ਨਾ ਉਹ ਖਲਾਸਾ ਫਿਰ ਉਹਨਾਂ ਦੇ ਜ਼ਿਹਨ ਦੇ ਵਿੱਚ ਘੁੱਟ ਕੇ ਬੈ ਜਾਂਦਾ ਜੀਵਾਨੀ ਉਹ ਵਾਹਦ ਫਸਲ ਹੈ ਜਿਹੜੀ 1 ਏਕੜ 'ਚੋ 3 ਕਰੋੜ ਰੁਪਇਆ ਪਾਕਿਸਤਾਨ ਦੇ ਵਿੱਚ ਕਿਸਾਨ ਨੂੰ ਮਿਲਿਆ ਆਮ ਏਕੜ ਜਿਹੜਾ ਪਾਕਿਸਤਾਨ ਦੇ ਵਿੱਚ ਉਹਦੀ ਤਰੀ ਤੋਂ 40 ਲੱਖ ਰੁਪਇਆ ਕੀਮਤ ਔਰ ਉਹ ਫਸਲ ਹੈ ਉਹਦੇ 'ਚ ਜੀਵਾਨ ਅਗਰ ਤੁਸੀਂ ਲਾਇਆ ਤੇ ਉਹ ਤੁਹਾਡਾ 2 ਤੋਂ 3 ਕਰੋੜ ਰੁਪਇਆ ਦਾ ਜਦੋਂ ਮੰਡੀਆਂ ਚ ਆਏਗਾ ਉਦੋਂ ਵੀ 15-20 ਲੱਖ ਦਾ ਕਿੱਲਾ ਹੈਗਾ ਇਹ ਹੀ ਗੱਲ ਹਰ ਵੀ ਦਾ ਮਕਸਦ ਇੱਕ ਕਮੈਂਟਾਂ ਵਾਲੇ ਭਾਈ ਅੱਗੇ ਹੀ ਕਿ ਯਾਰ ਤੂੰ ਅੱਗੋਂ ਵੀ ਕਮੈਂਟ ਖੁੱਲ ਕੇ ਕਰਨਾ ਤੇ ਕਮੈਂਟ ਉਹ ਕਰਨਾ ਹੈ ਕਿ ਜਿਹਦਾ ਤੂੰ ਜਵਾਬ ਵੀ ਸੁਣਨਾ ਆ ਕੇ ਪ੍ਰਾਪਰ ਚੈਨਲ ਤੇ ਵੀਡੀਓ ਵੇਖਣੀ ਹੈ ਤੈਨੂੰ ਇਨਸ਼ਾਅੱਲਾ ਜਿਹੜਾ ਨਾ ਉਹ ਮੈਂ ਘੁੱਟ ਕੇ ਜਵਾਬ ਦਾਂਗਾ ਤੇਨੂੰ ਪ੍ਰਾਪਰ ਸਮਝ ਆਏਗੀ ਕਿ ਵਾਕੇ ਯਾਰ ਮੈਂ ਜਾਂ ਆਵਾਮ ਨੂੰ ਸਮਝਾ ਨਾ ਕਿ ਫਲਾਣੇ ਥਾਂ ਥੋਮ ਲੱਭਦਾ ਪਿਆ ਜੀਵਨ ਤੇ ਜਾ ਕੇ ਉਹ ਲੈਣ ਉਥੋਂ ਉਹਨਾਂ ਦਾ ਫਾਇਦਾ ਹੋਏ ਗਰੀਬਾਂ ਦਾ ਉਹ ਨਾ ਐਡਾ ਮਹਿੰਗਾ ਬੀਲ ਲੈਣ ਐ ਉਹ ਜਿਹੜਾ ਤੂੰ ਇਹਨਾਂ ਨੂੰ ਉਹ ਸਮਝਾਇਆ ਨਾ ਡਬਲ ਸ਼ਾ ਵਾਲਾ ਕੰਮ ਕੇ ਡਬਲ ਸ਼ਾ ਇੰਜ ਫਾਰਮੂਲਾ ਇਸਤੇਮਾਲ ਕਰਦਾ ਤੇ ਜਿਹੜਾ ਨਾ ਜੀਵਨ ਵੀ ਇੰਜ ਮੇਰਾ ਭਰਾਵਾ ਇਹ ਕਹਾਣੀਆਂ ਉਹ ਨਹੀਂ ਕਿ ਇੱਕ ਕਿਲਾ ਪਿੰਡ ਚ ਲੱਗ ਗਿਆ ਤੇ ਕੋ ਉਥੇ ਉਹ ਜਿਹੜੇ ਪਿੰਡ ਨੇ ਗੋਥੇ ਲਾਣਾ ਉਹਨਾਂ ਉਸੇ ਰੇਟ ਤੇ ਵੀ ਖੱਜਲ ਖਰਾਬ ਹੋ ਕੇ ਲੱਭਣਾ ਔਰ ਥੋੜਾ ਥੋੜਾ ਵੀ ਲੱਭਣਾ ਔਰ ਬੜਾ ਮੁਸ਼ਕਲ ਦੇ ਨਾਲ ਲੱਭਣਾ ਇਹ ਜਿੰਨਾਂ ਕੋਲ ਨਹੀਂ ਹੈ ਔਰ ਉਹਨਾਂ ਕੋ ਪੈਸਾ ਨਹੀਂ ਉਹਨਾਂ ਨੂੰ ਪੁੱਛ ਕੇ ਉਹ ਜ਼ਲੀਲ ਹੋਣ ਦੇ ਨੇ ਤੇ ਉਹ ਜੀਵਨ ਤੱਕ ਉਹਨਾਂ ਦਾ ਹੱਥ ਨਹੀਂ ਪਹੁੰਚਣ ਰਿਹਾ ਇਸ ਲਈ ਹਰ ਬੰਦੇ ਨੂੰ ਆਨਾ ਕਿਸਾਨ ਖਾਸ ਕਰ ਪਰਦੇਸੀ ਭਾਈ ਖਾਸ ਕਰ ਕਿ ਆਪਣੇ ਪਿਛਲਿਆਂ ਕੋਲੋਂ ਕਿਲੋ ਇੱਕ ਮਰਲਾ ਇੱਕ ਕਨਾਲ ਥੋੜੇ ਤੋਂ ਸਟੈਪ ਲਵੋ ਲੇਕਿਨ ਲਾਜ਼ਮੀ ਲਗਾਓ ਜਿੰਨਾ ਜ਼ਿਆਦਾ ਲਾਓਗੇ ਉਨੇ ਜ਼ਿਆਦਾ ਪੈਸੇ ਕਮਾਓਗੇ ਇਹ ਹੀ ਫਸਲੇ ਆਉਣ ਵਾਲੇ 5 ਸਾਲ 2027 28 ਤੱਕ ਤੁਸੀਂ ਕਰੋੜਾਂ ਰੁਪਇਆ ਆਪਣਾ ਬਣਾ ਸਕਦੇ ਹੋ ਨੈਕਸਟ ਵੀਡੀਓ ਚ ਮਿਲਾਂਗੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਆ ਜਿਹੜੇ ਭਾਈ ਨੇ ਅੱਗੇ ਕੀਤਾ ਉਹ ਫੇਰ ਕਰੇ ਉਹਨੂੰ ਫੇਰ ਜਵਾਬ ਮਿਲੇਗਾ